ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੋ ਹਫਦੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੀ ਟ੍ਰਿਪਲ ਐਸ ਵੀ ਨੇ ਇੱਕ ਹੋਰ ਜੋ ਪਰਤੀ ਆਈ ਸੀ ਇਹਨਾਂ ਦੀ ਪਹਿਲਾਂ ਤੇ ਉਸ ਦਾ ਜੋ ਸਿਲੇਬਸ ਆਊਟ ਕਰ ਦਿੱਤਾ ਗਿਆ ਹੈ ਤੇ ਇਹ ਕਿਸ ਐਡਵਰਟਾਈਜ਼ਮੈਂਟ ਨੰਬਰ ਦਾ ਜੋ ਸਿਲੇਬਸ ਹੈ ਉਹ ਇੱਥੇ ਜਾਰੀ ਕੀਤਾ ਗਿਆ ਹੈ ਪੀ ਟ੍ਰਿਪਲ ਐਸ ਵੀ ਵੱਲੋਂ ਉਹ ਅਸੀਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਚਲਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਤੇ ਦੇਖ ਸਕਦੇ ਹੋ ਕੀ 28 ਤਰੀਕ ਦੇ ਜਾਨੇ ਕਿ ਅੱਜ ਦਾ ਹੀ ਜੇ ਇਹ ਨੋਟਿਸ ਹੈ ਤੇ ਇਹ ਨੋਟਿਸ ਆਇਆ ਜੀ ਜੋ ਐਡਵਰਟਾਈਜ਼ਮੈਂਟ ਨੰਬਰ 4 ਆਫ 2023 ਤੇ ਇਹ ਪੋਸਟ ਸੀ ਸੀ ਡਿਪਟੀ ਰੇਂਜਰ ਐ ਤੇ ਲੈਬ ਅਸਿਸਟੈਂਟ ਦੀ ਤੇ ਇਹਨਾਂ ਦਾ ਜੋ ਸਿਲੇਬਸ ਆਊਟ ਕਰ ਦਿੱਤਾ ਗਿਆ ਹੈ ਤੇ ਤੁਸੀਂ ਜੇਕਰ ਇਹ ਫਾਰਮ ਭਰਿਆ ਹੋਵੇਗਾ ਤਾਂ ਤੁਸੀਂ ਇਸ ਦਾ ਜੋ ਸਿਲੇਬਸ ਜੋ ਚੈੱਕ ਕਰ ਸਕਦੇ ਹੋ ਕੀ ਇਸ ਦਾ ਸਿਲੇਬਸ ਜੋ ਆਇਆ ਹੈ ਤੇ ਚਲੋ ਡਾਊਨਲੋਡ ਕਰਦੇ ਹਾਂ ਇਸ ਪੀਡੀਐਫ ਨੂੰ ਤੇ ਇਹ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਵੀ ਮਿਲੇਗੀ ਐਗਜ਼ਾਮ ਜੋ ਹੁਬ ਆਫੀਸ਼ੀਅਲ ਦੇ ਉੱਤੇ ਤੁਸੀਂ ਉੱਥੋਂ ਇਸ ਨੂੰ ਡਾਊਨਲੋਡ ਕਰਕੇ ਆਪਣਾ ਸਿਲੇਬਸ ਚੈੱਕ ਕਰ ਸਕਦੇ ਹੋ ਤੇ ਦੇਖਦੇ ਹਾਂ ਇਸ ਨੋਟਿਸ ਨੂੰ ਤੇ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਲਾਨ ਆਫ ਰਿਟਨ ਐਗਜ਼ਾਮੀਨੇਸ਼ਨ ਡਿਪਟੀ ਰੇਂਜਰ ਅਤੇ ਲੈਬਾਰਟਰੀ ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 4 ਆਫ 2023 ਤੇ ਪੇਪਰ ਤੁਹਾਡਾ ਆਫਲਾਈਨ ਹੋਵੇਗਾ ਤੇ ਜਿਨ੍ਹਾਂ ਜਿਨ੍ਹਾਂ ਕੈਂਡੀਡੇਟ ਨੇ ਇਸ ਫਾਰਮ ਨੂੰ ਭਰਿਆ ਹੋਵੇਗਾ ਪਲੀਜ਼ ਉਹ ਆਪਣਾ ਇਹ ਜੋ ਸਿਲੇਬਸ ਹੈ ਉਸ ਨੂੰ ਨੋਟ ਕਰ ਲੈਣ ਦੇਖ ਸਕਦੇ ਹੋ कि ये जो एम सी क्यूज यानी कि मल्टीपल चॉइस क्वेश्चन होगा पेपर होगा ओ एम आर बेस्ड उत्ते ढाई घंटे का थोड़ा पेपर होगा इस दे जो पार्ट ए बी ਤੇ ਇਸ ਦੇ ਵਿੱਚ ਜੋ ਤੁਹਾਡਾ ਪੰਜਾਬੀ ਦਾ ਕੁਆਲੀਫਾਈ ਨੇਚਰ ਦਾ ਜੋ ਪੇਪਰ ਹੈ ਉਹ ਵੀ ਹੋਵੇਗਾ ਤੇ ਉਹ ਤੁਹਾਡਾ 50 ਨੰਬਰਾਂ ਦਾ ਹੋਣ ਹੋਵੇਗਾ ਤੇ ਉਸ ਦੇ ਵਿੱਚ ਤੁਹਾਨੂੰ 25 ਨੰਬਰ ਜੋ ਲੈਣਾ ਜ਼ਰੂਰੀ ਹਨ ਤਾਂ ਹੀ ਤੁਹਾਡਾ ਜੋ ਪੇਪਰ B ਹੈ ਉਹ ਤੁਹਾਡਾ ਜੋ ਚੈੱਕ ਕੀਤਾ ਜਾਵੇਗਾ ਤੇ ਪੇਪਰ E ਦੇ ਵਿੱਚ ਕੋਈ 네ਗਟਿਵ ਮਾਰਕਿੰਗ ਨਹੀਂ ਹੈ ਜੋ ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ ਪੇਪਰ B ਦੇ ਵਿੱਚ 네ਗਟਿਵ ਮਾਰਕਿੰਗ ਜ਼ਰੂਰ ਹੋਵੇਗੀ ਤੇ ਪਾਰਟ B ਦੇ ਵਿੱਚ ਜੋ ਕਿ ਤੁਹਾਡਾ ਮੇਨ ਪਾਰਟ ਹੈ ਇਸ ਦੇ ਵਿੱਚ ਜੋ ਤੁਹਾਡਾ ਇਸ ਨੂੰ ਜੋ ਡਿਵਾਈਡ ਕੀਤਾ ਗਿਆ ਹੈ ਅੱਗੇ ਦੋ ਪਾਰਟ ਦੇ ਵਿੱਚ ਜਿਵੇਂ ਕਿ ਪਾਰਟ 1 ਅਤੇ 2 ਦੇ ਵਿੱਚ ਤੇ ਪਾਰਟ 1 ਦੇ ਵਿੱਚ ਜੋ ਤੁਹਾਡਾ 30 ਨੰਬਰ ਦਾ ਵੇਟੇਜ ਅਤੇ ਪਾਰਟ 2 ਦੇ ਵਿੱਚ 70 ਨੰਬਰ ਦਾ ਵੇਟੇਜ ਹੋਣ ਵਾਲਾ ਹੈ। ਤੇ ਇਹਨਾਂ ਦੋਨਾਂ ਨੂੰ ਮਿਲਾ ਕੇ ਜੋ ਤੁਹਾਡੇ 100 ਕੁਐਸਚਨ ਬਣਨ ਵਾਲੇ ਹਨ ਅਤੇ 100 ਨੰਬਰ ਦਾ ਤੁਹਾਡਾ ਪੇਪਰ ਹੋਵੇਗਾ ਤੇ ਇਸ ਵਿੱਚ ਦੇਖ ਸਕਦੇ ਹੋ देयर विल बी 네ਗੇਟਿਵ ਮਾਰਕਿੰਗ ਪਾਰਟ ਵੀ ਦੇ ਵਿੱਚੋਂ 1/4 ਦੀ ਜੋ ਤੁਹਾਡੀ ਇੱਥੇ 네ਗੇਟਿਵ ਮਾਰਕਿੰਗ ਹੋਣ ਵਾਲੀ ਹੈ ਦੀ ਮੈਰਿਟ ਲਿਸਟ ਆਫ ਕੈਂਡੀਡੇਟ ਊ ਹੂ ਵਿਲ ਵੀ ਕੁਆਲੀਫਾਈ ਪੇਪਰ A ਯਾਨੀ ਕਿ ਜੋ ਤੁਹਾਡੀ ਮੈਰਿਟ ਬਣੇਗੀ ਤੁਹਾਨੂੰ ਉਸ ਦੇ ਵਾਸਤੇ ਜੋ ਪੇਪਰ A ਪਾਸ ਕਰਨਾ ਹੋਵੇਗਾ ਤੇ ਜੋ ਤੁਹਾਡੀ ਮੈਰਿਟ ਹੈ ਪੇਪਰ B ਦੇ ਵਿੱਚੋਂ ਬਣਨ ਵਾਲੀ ਹੈ ਸੈਕਸ਼ਨ ਜੋ ਸੈਕੰਡ ਹੈ ਜਾਨਕੀ ਪਾਰਟ ਬੀ ਦੇ ਵਿੱਚ ਜੋ ਸੈਕਸ਼ਨ ਸੈਕੰਡ ਹੈ ਜੋ ਇਸ ਦਾ ਜੋ ਸਿਲੇਬਸ ਤੁਹਾਨੂੰ ਥੱਲੇ ਮੈਂ ਦੱਸਾਂਗਾ ਤੇ ਇਸ ਦੇ ਵਿੱਚੋਂ ਦੇਖ ਸਕਦੇ ਹੋ ਕਿ ਕੰਟੈਂਟਸ ਕੁਐਸਚਨ ਫਰੋਮ ਦੀ ਫਾਈਵ ਸਬਜੈਕਟ ਨੇਮਲੀ ਤੁਹਾਨੂੰ ਇਸ ਦੇ ਵਿੱਚ ਫਾਈਵ ਸਬਜੈਕਟ ਜਾਨਕੀ ਪੰਜ ਸਬਜੈਕਟ ਇਸ ਦੇ ਵਿੱਚ ਆਣ ਵਾਲੇ ਹਨ ਤੇ ਇਸ ਦੇ ਵਿੱਚ ਕਿਹੜੇ ਪੰਜ ਸਬਜੈਕਟ ਹਨ ਜਿਵੇਂ ਕਿ ਬੋਟਨੀ ਜ਼ੂਲੋਜੀ ਫਿਜ਼ਿਕਸ కెਮਿਸਟਰੀ ਅਤੇ ਮੈਥਮੈਟਿਕ ਇਸ ਦੇ ਵਿੱਚ ਹੋਣ ਵਾਲੇ ਹਨ ਤੇ ਇਹਨਾਂ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਕੈਂਡੀਡੇਟ ਕੈਨ ਅਟੈਂਪਟ ਐਨੀ 2 ਆਫ ਸਬਜੈਕਟ ਮੈਂਟਨਡ ਅਬ ਅਬ ਜਾਣੀ ਕੀ ਜੋ ਮੈਂਸ਼ਨ ਅ ਇਹਨਾਂ ਨੇ ਜੋ ਸਬਜੈਕਟ ਪੰਜ ਦਿੱਤੇ ਹਨ ਇਹਨਾਂ ਵਿੱਚੋਂ ਤੁਸੀਂ ਜੋ ਦੋ ਸਬਜੈਕਟਾਂ ਨੂੰ ਇੱਥੇ ਸਿਲੈਕਟ ਕਰਨਾ ਹੈ ਅਤੇ ਉਹਨਾਂ ਦੇ ਹੀ ਤੁਸੀਂ ਆਨਸਰ ਦੇਣੇ ਹੈ ਬਾਕੀ ਤਿੰਨ ਨੂੰ ਤੁਸੀਂ ਇੱਥੇ ਛੱਡ ਦੇਣਾ ਹੈ ਤੇ ਟੈਂਟਲੀ ਵੀ ਸਿਲੇਬਸ ਫਾਰ ਦੀ ਰਿਟਨ ਐਗਜ਼ਾਮੀਨੇਸ਼ਨ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਐਡਵਰਟਾਈਜ਼ਮੈਂਟ ਨੰਬਰ ਦਾ ਸਿਲੇਬਸ ਕੀ ਹੈ ਜਿਵੇਂ ਕਿ ਪੰਜਾਬੀ ਦਾ ਕਵالیਫਾਈ ਨੇਚਰ ਦਾ ਜੋ ਸਿਲੇਬਸ ਹੈ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਕਿ ਸਿਲੇਬਸ ਹੈ ਉਸ ਦਾ ਉਸ ਦੇ ਵਿੱਚ ਕਿਹੜੇ-ਕਿਹੜੇ ਜੋ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ ਕਿਹੜੇ-ਕਿਹੜੇ ਟਾਪਿਕ ਦੇ ਵਿੱਚੋਂ ਕੁਐਸਚਨ ਆਣਗੇ ਉਹ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਤੇ ਮੇਨ ਪਾਰਟ ਹੈ ਇਸ ਦਾ ਪਾਰਟ B ਤੇ ਜਿਸ ਦੇ ਵਿੱਚ ਅੱਗੇ ਦੋ ਪਾਰਟ ਹਨ ਇਸ ਦਾ ਪਾਰਟ B ਦਾ ਫਰਸਟ ਪਾਰਟ ਹੈ ਇਸ ਦੇ ਵਿੱਚ ਤੁਹਾਨੂੰ ਜੋ ਪੋਲੀਟੀਕਲ ਇਸ਼ੂ এনवायरमेंट ਇਸ਼ੂ ਕਰੰਟ ਅਫੇਅਰ ਵਗੈਰਾ ਆਣਗੇ ਜੋ ਕਿ 10 ਨੰਬਰ ਦਾ ਵੇਟੇਜ ਹੋਣ ਵਾਲਾ ਹੈ ਤੁਹਾਡਾ ਤੇ ਉਸ ਦੇ ਨਾਲ-ਨਾਲ ਰੀਜ਼ਨਿੰਗ 10 ਨੰਬਰ ਦੀ ਹੋਵੇਗੀ ਇੰਗਲਿਸ਼ 5 ਨੰਬਰ ਦੀ ਤੇ ਪੰਜਾਬੀ ਵੀ 5 ਨੰਬਰ ਦੀ ਹੋਵੇਗੀ ਟੋਟਲ ਤੁਹਾਡਾ ਇਹ 파ਟ ਜੋ 30 ਨੰਬਰ ਦਾ ਹੋ ਚੁੱਕਿਆ ਹੈ ਤੇ ਅੱਗੇ ਤੁਹਾਡਾ ਜੋ 70 ਨੰਬਰ ਦਾ ਜੋ ਮੇਨ 파ਟ ਹੈ ਇਸ ਦੇ ਕੁਐਸਚਨ ਜੋ ਕਿਹੜੇ ਕਿਹੜੇ ਟੌਪਿਕ ਦੇ ਵਿੱਚੋਂ ਬਣਨ ਵਾਲੇ ਹਨ ਜਿਵੇਂ ਕਿ ਫਿਜ਼ਿਕਸ ਦੇ ਵਿੱਚ ਕਿਹੜੇ ਟੌਪਿਕ ਆਣਗੇ ਅੱਗੇ ਤੁਸੀਂ ਥੱਲੇ ਚੈੱਕ ਕਰ ਸਕਦੇ ਹੋ ਕਿ ਬਹੁਤ ਵੱਡਾ ਜਿਹਾ ਸਿਲੇਬਸ ਹੈ ਇਹਨਾਂ ਨੇ ਜੋ ਇੱਥੇ ਦੱਸਿਆ ਹੈ ਜਿਵੇਂ ਕੀ ਤੁਸੀਂ ਕੈਮਿਸਟਰੀ ਦੇ ਵਿੱਚੋਂ ਕਿਹੜੇ-ਕਿਹੜੇ ਜੋ ਟੌਪਿਕ ਹਨ ਮੈਥਮੈਟਿਕਸ ਦੇ ਵਿੱਚੋਂ ਜ਼ੂਲੋਜੀ ਦੇ ਵਿੱਚੋਂ ਬੋਟਨੀ ਦੇ ਵਿੱਚੋਂ ਕਿਹੜੇ-ਕਿਹੜੇ ਜੋ ਇਹਨਾਂ ਦੇ ਮੇਨ ਮੇਨ ਟੌਪਿਕ ਹਨ ਤੇ ਜਿਹੜੇ ਵੀ ਜੋ ਤੁਹਾਨੂੰ ਟੌਪਿਕ ਇਸ ਦੇ ਵਿੱਚੋਂ ਵਧੀਆ ਤਰੀਕੇ ਨਾਲ ਆਉਂਦੇ ਹਨ ਉਹੀ ਤੁਸੀਂ ਇੱਥੇ ਸਿਲੈਕਟ ਕਰਨੇ ਹਨ ਜੋ ਤੁਹਾਡੇ ਪੇਪਰ ਦੇ ਵਿੱਚ ਆਣਗੇ ਤੇ ਉਹੀ ਟੌਪਿਕਾਂ ਨੂੰ ਤੁਸੀਂ ਆਪਣਾ ਜੋ ਰਿਟਨ ਐਗਜ਼ਾਮੀਨੇਸ਼ਨ ਵਾਸਤੇ ਤੁਸੀਂ ਵਧੀਆ ਤਰੀਕੇ ਨਾਲ ਪ੍ਰੈਪਰੇਸ਼ਨ ਜੋ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਸਾਰੇ ਸਿਲੇਬਸ ਨੂੰ ਜੋ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਮੈਂ ਇਸ ਦਾ ਤੁਹਾਨੂੰ ਜਲਦੀ ਹੀ ਰਿਪਲਾਈ ਕਰ ਦਵਾਂਗਾ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਹਨ ਜੈਵਾਰ